ਮੈਂ ਮੈਵਿਕ ਮਿਨੀ ਤੇ ਸ਼ੂਟਿੰਗ ਮੋਡਸ ਤੇ ਐਪ ਓਵਰਵਿਊ ਆ ਜਿਹੜੀ ਸੈਟਿੰਗ ਮੈਂ ਯੂਜ਼ ਕਰਦਾ ਉਹਨਾਂ ਦੇ ਬਾਰੇ ਗੱਲ ਕਰਾਂਗਾ। ਇਹ 'ਚ ਮੈਂ ਵੀਡੀਓ ਸੈਟਿੰਗ ਯੂਜ਼ ਕਰਦਾ 2.7K 30 frames per second, ਅਤੇ ਤੁਸੀਂ 30 frames per second ਤੋਂ ਇਲਾਵਾ 25 frames ਪਰ ਯੂਜ਼ ਕਰ ਸਕਦੇ ਹੋ, ਜਾਂ ਫਿਰ ਫੁੱਲ ਐਚ ਡੀ 'ਚ 25 to 60 frames ਤੱਕ ਵੀਡੀਓ ਸ਼ੂਟ ਕਰ ਸਕਦੇ ਹੋ। ਫੋਟੋ 'ਚ ਕੁਛ ਜ਼ਿਆਦਾ ਚੇਂਜਸ ਨਹੀਂ ਕਰ ਸਕਦੇ, ਸਿੰਗਲ ਸ਼ੋਟ ਲੈ ਸਕਦੇ ਹੋ, ਟਾਈਮ ਸ਼ੋਟ ਲੈ ਸਕਦੇ ਹੋ। ਇੱਕ ਹੈ ਕੁਇਕ ਸ਼ੋਟ 'ਚ ਆਪਸ਼ਨ, ਇਹ ਆਪਸ਼ਨ ਤਦੇ ਐਕਟੀਵੇਟ ਹੁੰਦਾ ਜਦ ਤੁਸੀਂ ਡਰੋਨ ਫਲਾਈ ਕਰ ਰਹੇ ਹੋ, ਤੁਹਾਨੂੰ ਇਹ ਬਹੁਤ ਦੱਸ ਦਿੰਦਾ। ਇਹ 'ਚ 4 mode ਹੁੰਦੇ ਆ, ਡਰੋਨੀ, ਰੋਕੇਟ, ਸਰਕਲ, ਹੀਲਿਕਸ। ਇਹ 'ਚ 3 mode 'ਚ ਤੁਸੀਂ ਸ਼ੂਟ ਕਰ ਸਕਦੇ, ਪ੍ਰੋਗਰਾਮ ਡੋਟੋ ਹੈ, ਸਪੋਰਟਸ ਮੋਡ ਅਤੇ ਸਿਨੇਮੈਟਿਕ ਮੋਡ ਜਿਹਨੂੰ ਸੀਨੇ ਸਮੂਥ ਮੋਡ ਕਹਿੰਦੇ ਆ। ਸੀਨੇ ਸਮੂਥ ਮੋਡ ਮੋਸਟਲੀ ਹਰ ਟਾਈਮ ਤੁਹਾਨੂੰ ਯੂਜ਼ ਕਰਨਾ ਚਾਹੀਦਾ ਜੇ ਤੁਸੀਂ ਫੁਟੇਜ ਜਾਂ ਫੋਟੋ ਬਹੁਤ ਵਧੀਆ ਚਾਹ ਰਹੇ ਹੋ, ਕਿਉਂਕਿ ਉਸ 'ਚ ਸਪੀਡ ਅਤੇ ਪਿਚ ਸਮੂਥਨੈਸ ਜਾਂ ਪਿਚ ਸਪੀਡ ਕੰਟਰੋਲ ਰਹਿੰਦੀ ਆ। ਮੈਂ ਮੋਸਟਲੀ ਸੀਨੇ ਸਮੂਥ ਮੋਡ 'ਚ ਜਾਂ ਸਪੋਰਟਸ ਮੋਡ 'ਚ ਸ਼ੂਟ ਕਰਦਾ, ਜਿਹਦੇ 'ਚ ਐਕਸਪੋਜਰ ਵੈਲਿਊ ਵੀ ਚੇਂਜ ਕਰ ਸਕਦੇ ਹੋ ਤੁਸੀਂ। ਪ੍ਰੋਗਰਾਮ ਡੋਟੋ ਮੋਡ ਤੁਸੀਂ ਨਹੀਂ ਚੇਂਜ ਕਰ ਸਕਦੇ, ਸਭ ਕੁਝ ਲੌਕਡ ਹੁੰਦਾ। ਸੀਨੇ ਸਮੂਥ ਮੋਡ 'ਚ ਜੇ ਤੁਸੀਂ ਇੱਥੇ ਐੱਮ ਆਈ ਜਾਂ ਇੱਥੇ ਕਲਿੱਕ ਕਰਕੇ ਆਟੋ ਆ ਜਾਂਦਾ, ਆਟੋ ਦੇ ਤਾਂ ਕੰਟਰੋਲਸ ਸਾਰੇ ਆਟੋਮੈਟਿਕ ਰਹਿੰਦੇ ਨੇ, ਪਰ ਜੇ ਤੁਸੀਂ ਇੱਥੇ ਐੱਮ ਕਲਿੱਕ ਕਰੋ ਤਾਂ ਸ਼ਟਰ ਸਪੀਡ ਤੁਸੀਂ ਕੰਟਰੋਲ ਕਰ ਸਕਦੇ, ਆਈ ਐੱਸ ਓ ਤੁਸੀਂ ਕੰਟਰੋਲ ਕਰ ਸਕਦੇ ਅਤੇ ਐਕਸਪੋਜਰ ਵੈਲਿਊ ਤੁਸੀਂ ਕੰਟਰੋਲ ਕਰ ਸਕਦੇ ਹੋ। ਇਹ ਜਿਹੜੀ ਸੈਟਿੰਗਸ ਮੈਂ ਯੂਜ਼ ਕਰਦਾ, ਪਹਿਲਾਂ ਸੇਫਟੀ ਮੈਨੂਅਲ 'ਚ ਮੈਕਸੀਮਮ ਐਲਟੀਟਿਊਡ ਮੈਂ 500 meters ਕੀਤਾ ਵਾ। ਇਹ ਡਿਪੈਂਡ ਕਰਦਾ ਕਿਸੇ ਜਿਹੀ ਟ੍ਰੇਨ 'ਤੇ ਤੁਸੀਂ ਫਲਾਈ ਕਰ ਰਹੇ ਹੋ, ਇਹ ਚੇਂਜ ਕਰਨਾ ਪੈ ਸਕਦਾ ਡਿਪੈਂਡਿੰਗ ਔਨ ਦੀ ਕੰਡੀਸ਼ਨਸ। ਮੈਕਸੀਮਮ ਡਿਸਟੈਂਸ ਨੋਨ ਲਿਮਿਟ ਕੀਤਾ ਵਾ, ਆਟੋ ਰਿਟਰਨ ਟੂ ਹੋਮ ਐਲਟੀਟਿਊਡ 15 meters ਹੈ, ਇਹ ਜਿੰਨਾ ਵੀ ਤੁਸੀਂ ਵੈਲਿਊ ਵਧਾ ਲਓ, ਪਰ ਆਲਮੋਸਟ ਹਰ ਫਲਾਈਟ ਤੋਂ ਬਾਅਦ ਜਦੋਂ ਤੁਸੀਂ ਡਰੋਨ ਬੰਦ ਕਰਕੇ ਦੁਬਾਰਾ ਉਹਨੂੰ ਔਨ ਕਰੋਗੇ ਤਾਂ ਇਹ 15 meters ਹੀ ਆ ਜਾਂਦਾ। ਐਡਵਾਂਸ ਸੈਟਿੰਗਸ 'ਚ ਸਿਗਨਲ ਲੋਸ ਅਤੇ ਰਿਟਰਨ ਟੂ ਹੋਮ ਮੈਂ ਕੀਤਾ ਵਾ, ਐਮਰਜੈਂਸੀ ਪ੍ਰੋਪੈਲਰ ਸਟੋਪ, ਜੇ ਕਦੀ ਵੀ ਕੋਈ ਐਮਰਜੈਂਸੀ ਕੰਡੀਸ਼ਨ ਹੈ ਤਾਂ ਜਿਹੜੇ ਇਹਦੇ ਜੋਇਸਟਿਕਸ ਆ ਉਹਨਾਂ ਨੂੰ ਮੈਂ ਇੱਦਾਂ ਪ੍ਰੈਸ ਕਰਕੇ ਐਮਰਜੈਂਸੀ ਸਟੋਪ ਦੇ ਸਕਦਾ। ਪੇਲੋਡ ਮੋਡ ਮੈਂ ਔਨ ਨਹੀਂ ਕੀਤਾ ਕਿਉਂਕਿ ਮੈਂ ਪ੍ਰੋਪੈਲਰ ਗਾਰਡ ਯੂਜ਼ ਨਹੀਂ ਕਰਦਾ, ਉਹ ਤਦ ਯੂਜ਼ ਕਰਨਾ। ਕੰਟਰੋਲਸ 'ਚ ਇਹਦੇ ਫਲਾਈਟ ਮੋਡ 'ਚ ਸੀਨੀਅਰ ਸਮੂਥ ਪੋਜੀਸ਼ਨ ਸਪੋਰਟ ਯੂਨਿਟ ਮੈਂ ਯੂਜ਼ ਕਰਦਾ, ਕਿਲੋਮੀਟਰ ਇਹ ਪਰਸਨਲ ਚੋਇਸ ਹੈ। ਗਿੰਬਲ ਮੋਡ ਫੋਲੋ ਮੋਡ ਹੈ, ਮਤਲਬ ਜਿੱਦਾਂ ਜੇ ਤੁਸੀਂ ਡਰੋਨ ਜਿੱਧਰ ਮਰਜ਼ੀ ਮੋੜਦੇ ਤਾਂ ਉੱਧਰ ਨੂੰ ਉਹ ਗਿੰਬਲ ਨੂੰ ਬਿਲਕੁਲ ਸਿੱਧਾ ਰੱਖਦਾ, ਡਰੋਨ ਦੇ ਨਾਲ ਨਹੀਂ ਮੋੜਦਾ। ਐੱਫ ਪੀ ਵੀ ਮੋਡ 'ਚ ਕੀ ਹੁੰਦਾ, ਜਿਸ ਤਰ੍ਹਾਂ ਤੁਸੀਂ ਡਰੋਨ ਮੋੜੋਗੇ ਤਾਂ ਗਿੰਬਲ ਵੀ ਨਾਲ ਉਸ ਤਰ੍ਹਾਂ ਹੀ ਰੋਟੇਟ ਕਰਦਾ। ਗਿੰਬਲ ਸੈਟਿੰਗਸ 'ਚ ਇਹਦੀ ਮੈਂ ਪਿੱਚ ਸਮੂਥਨੈਸ ਰੱਖੀ ਹੋਈ ਹੈ 15 ਅਤੇ ਪਿੱਚ ਸਪੀਡ ਰੱਖੀ ਹੋਈ ਹੈ 15। ਪਿੱਚ ਸਮੂਥਨੈਸ ਇਹ ਹੈ ਕਿ ਕਿਸ ਹਿਸਾਬ ਨਾਲ ਗਿੰਬਲ ਰੋਟੇਟ ਕਰਦਾ, ਜੇ ਇਹਨੂੰ ਮੈਂ 0 ਕਰ ਦੂੰਗਾ ਤਾਂ ਉਹਦੀ ਜਿਹੜੀ ਸਪੀਡ ਆ ਬਹੁਤ ਤੇਜ਼ ਹੋ ਜੂਗੀ ਅਤੇ ਉਹ ਨੈਚੁਰਲ ਨਹੀਂ ਲੱਗੂਗਾ। ਜਿਹੜੀ ਦੀ ਪਿੱਚ ਸਪੀਡ ਆ ਉਹ 15 ਰੱਖੀ ਹੋਈ ਹੈ, ਉਹ ਗਿੰਬਲ ਦੀ ਰੋਟੇਸ਼ਨ ਸਪੀਡ ਆ। ਅਲਾਓ ਅਪਵਰਡ ਗਿੰਬਲ ਰੋਟੇਸ਼ਨ ਇਹ ਮੈਂ ਔਨ ਰੱਖੀ ਹੋਈ ਹੈ 0 to 2, ਤੁਸੀਂ ਉੱਪਰ ਮਾਈਨਸ 2 ਇਹਦੀ ਵੈਲਿਊ -4-5 ਤੱਕ ਲੈ ਕੇ ਜਾ ਸਕਦੇ ਹੋ, ਜੇ ਨਹੀਂ ਹੋਊਗਾ ਤਾਂ ਉਹ 0 to 2 ਉੱਪਰ ਕੈਮਰਾ ਮੂਵਮੈਂਟ ਨਹੀਂ ਕਰਨ ਦਿੰਦਾ। ਜਿਹੜਾ ਮੈਂ ਫੋਟੋ ਸਾਈਜ਼ ਰੱਖਿਆ ਹੋਇਆ 4:3 ਹੈ, ਕਿਉਂਕਿ 16:9 'ਚ ਪਿਕਸਲ ਉਹ ਕਰੋਪ ਕਰ ਦਿੰਦਾ, ਤਾਂ ਤੁਸੀਂ 4:3 ਸ਼ੂਟ ਕਰਕੇ ਬਾਅਦ 'ਚ 16:9 ਐਕਸਪੋਰਟ ਕਰ ਸਕਦੇ ਹੋ।
एडवांस शूटिंग सैटिंग मैं हिस्टोग्राम ऑन रखा वा, ओवर एक्सपोजर वार्निंग नहीं ऑन रखी भी क्योंकि वो फिर जीब्रा लाइनस दिखाने लग जाता है कि ओवर एक्सपोजर वो मैं नहीं चाहता कि मैं शूट करते हुए कभी भी प्रॉब्लम दे मैं शूट करते हुए। ग्रिड लाइनस मैं सिर्फ पॉइंट ऐड किया वा, वाइट बैलेंस ऑटो है रखता मैं, मैनुअल भी कर सकते बट मैं ऑटो रख दिया कि अपने आप सेंस कर लगी बाद च पोस्ट प्रोसैसिंग मैं चेंज कभी भी कर सकता। एंटी फ्लिकर ये ट्रांसमिशन मोड है ये ऑटो दे रखना चाहिए, बाकी मैं कुछ होर ऑन चेंज नहीं किया वा।